ਉਹ ਮੈਂ ਦਿਮਾਗ ਖਰਾਬ ਕਰੀ ਜਾਂਦਾ ਤੂੰ। ਚੰਗਾ ਜਾ ਯਾਰ। ਉਹ ਭਰਾਵਾ ਜਾ ਵੜਦਾ ਮੈਂ। ਉਹ ਯਾਰ ਤੈਨੂੰ ਕੁੱਤੇ ਖੜੇ ਅੰਦਰ ਸਿਆੜ। ਅੱਛਾ ਕੁੱਤੇ ਤੋਂ ਡਰੀ ਹੈ ਨਾ ਯਾਰ। ਉਹ ਪੈ ਜਾਂਦੇ ਆ ਪੈ ਦੇ ਯਾਰ, ਇੱਕ ਤਾਂ ਵਾਲਾ ਕਰਕੇ ਪੈ ਜਾਂਦੇ ਆ। ਕਹਿੰਦੇ ਆਇਆ ਕਰ 100 ਰੁਪਏ ਦੇ ਦੇ ਵਾਲ ਕਟਾ ਲਈਏ। 10 ਰੁਪਏ ਤਾਂ ਘਰੇ ਹੈ ਨਹੀਂ ਸੀ ਮੇਰੇ। ਕੰਜਰ ਦਾ ਤੂੰ ਵੀ ਮੇਰੇ ਨਾਲ ਹੀ ਚੱਲ, ਤੂੰ ਪੈਸੇ ਇਕੱਠੇ ਕਰਿਆ ਕਰ, ਮੈਂ ਬੱਤਰੀ ਵੀ ਜਾਇਆ ਕਰੂੰਗਾ। ਰਾਂਝਿਆ ਯਾਰ ਮੈਨੂੰ ਵੀ ਕਿਸੇ ਦੀ ਯਾਦ ਆ ਰਹੀ ਆ, ਤੇ ਕੋਈ ਇਹੋ ਜਿਹਾ ਸੁਰ ਜਿਹਾ ਛੇੜ ਕੇ ਦਿਖਾ ਯਾਰ, ਜਿਹਦੇ ਨਾਲ ਨਾ ਰੂਹ ਜੀ ਖੁਸ਼ ਹੋ ਜੇ। ਸਾਰੇ ਮੇਰੇ ਕੋਲ ਰੂਹ ਖੁਸ਼ ਕਰਨ ਵਾਲੇ ਸੁਰ ਹੀ ਆ। ਵਜਾ ਦੂਜਾ ਸੁਰ ਤਾਂ ਮੇਰੇ ਕੋਲ ਹੈ ਹੀ ਨਹੀਂ ਦਾ, ਬੰਦ ਕੀਤੇ ਹੋਏ ਆ। ਵਜਾ ਜਦੋਂ ਦਾ ਮੇਰਾ ਬੜ ਦੁਖੀ ਹੋਇਆ, ਉਹ ਤੋਂ ਬਾਅਦ ਫਿਰ ਮੈਂ ਦੁਖੀ ਸੁਰ ਹੀ ਛੇੜਿਆ, ਜਿੰਨੇ ਛੇੜੇ ਆ। ਅੱਛਾ ਵਜਾ ਉਹ ਵਜਾਉਂਦਾ ਭਰਾਵਾ, ਵਜਾਉਂਦਾ ਵਜਾਉਂਦਾ ਮੈਂ ਮੋਟਰ ਤੇ ਨਹੀਂ ਚੱਲਦੀ, ਫੂਕ ਮਾਰਨੀ ਪੈਂਦੀ ਆ, ਪਹਿਲਾਂ ਫੂਕ ਜੁੜਦਾ ਜਾਂਦਾ। ਅੱਛਾ ਵਜਾ 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 ਲਈ ਆ ਨਾ, ਤੂੰ ਮੈਨੂੰ ਸਾਈ ਚਲੇ ਗਿਆ ਯਾਰ। ਇੱਕ ਤਾਂ ਅੱਗੇ ਮੇਰਾ ਹੀਰ ਵਾਲੇ ਪਾਸੇ ਦਿਮਾਗ ਖਰਾਬ ਹੋਇਆ ਪਿਆ, ਇੱਕ ਤੂੰ ਲਹੂ ਪੀਣ ਆ ਗਿਆ। ਚੱਲ ਕੋਈ ਨੀ ਕੋਈ ਨੀ ਵਜਾ। ਅੱਛਾ ਹਾਂ ਤਾਂ ਭੱਜ ਗਿਆ ਮੈਂ। ਠੀਕ ਆ ਚਾ ਵਜਾ ਲੈ ਜੇ ਕਰਕੇ ਤੇਰੇ ਜੇ ਸੁਣ ਕੇ ਤੇਰਾ ਰੋਡ ਨਿਕਲਿਆ ਤਾਂ ਮੈਨੂੰ ਨਾ ਜਿੰਨੇ ਮਰ ਕੇ ਭਰਾਵਾ। ਚੰਗਾ ਪੱਕੀ ਗੱਲ ਆ ਨਾ, ਪੱਕੀ ਗੱਲ ਕਹਿ ਕੇ ਆ ਨਾ। ਹਾਂ ਹਾਂ ਸੁਣਾ ਫੋਨ ਫਾਲ ਕਰਦੇ ਕਰੇ ਕਰ ਰੋ ਤਾਂ ਵਜਾ ਮੈਂ ਦੁਖੀ ਸੁਣ ਸੁਣ ਲੱਗਿਆ। ਠੀਕ ਆ ਤੇ ਰੋੜਾ ਨਹੀਂ ਮੁੱਤ ਮਰ ਕੇ ਚੰਗਾ। ਠੀਕ ਆ ਵਜਾ ਫਿਰ ਹੀਰ ਨੇ ਬਾਵਾ ਮਾੜੀ ਕਰਤੀ ਹੈ ਨਾ ਯਾਰ। ਬਾੜੀ ਦਾ ਮੇਰੇ ਨਾਲ ਬਾੜੀ ਹੋਈ ਆ ਭਰਾਵਾ, ਬਹੁਤ ਬਾੜੀ ਹੋਈ ਆ। ਬੱਕਰੀਆਂ ਬੁੱਕਰੀਆਂ ਨਹੀਂ ਹੈਗੀਆਂ ਤੇਰੇ ਕੋਲੇ? ਬੱਕਰੀਆਂ ਹੈਗੀਆਂ ਸੀ ਮੈਂ। ਹਾਂ ਕਿੱਥੇ ਆ? ਹੀਰ ਕੀ ਆ, ਹੀਰ ਕੀ ਇੱਕ ਬੱਕਰੀ ਸੀ ਜਿਹੜੀ ਵਿਚਾਰੀ ਆ 12 ਸਾਲ ਇੱਕ ਬੱਕਰੀ। ਹਾਂ ਉਸੇ ਨੂੰ ਚਰੀ ਗਿਆ ਬੱਕਰੀ ਨੂੰ ਤਾਂ ਪਕੜਾ ਉਹਦਾ ਬੱਕਰਾ, ਅੱਡੀ ਮੋਟੀ ਹੋ ਗਈ। ਠੀਕ ਆ ਖਵਾਈਗਾ ਜੋ ਅੱਗ ਫੂਸ ਮੇਰੇ ਕੋਲੇ ਆਉਂਦਾ ਸੀ ਮੈਂ ਬੱਕਰੀ ਨੂੰ ਪਾ ਦਿੰਦਾ ਸੀ। ਠੀਕ ਆ ਜੋ ਮੈਨੂੰ ਖਾਣ ਨੂੰ ਮਿਲਦਾ ਸੀ ਉਹੀ ਮੈਂ ਬੱਕਰੀ ਨੂੰ ਪਾ ਦਿੰਦਾ ਸੀ। ਠੀਕ ਆ ਬੱਕਰੀ ਫੜਕ ਗਈ ਵਿਚਾਰੀ। ਅੱਛਾ ਫਿਰ ਮੈਨੂੰ ਕਹਿੰਦੇ ਬੱਕਰੀ ਦੇ ਪੈਸੇ ਦੇ। ਅੱਛਾ ਉਹ ਬਾਗਾ ਤੁਸੀਂ ਮੇਰੇ ਤੋਂ ਚਪੇੜੇ ਨਾ ਖਾ ਲਓ ਜੇ ਕਿਤੇ, ਮੈਂ ਉਹ ਰਾਜਾ ਨਹੀਂ ਆ ਇਹਦਾ ਵਿਚਾਰਾ ਰੂਪ ਟੱਟ ਕੇ ਟਾਈਮ ਪਾਸ ਕਰ ਲੈਂਦਾ ਸੀ। ਸਹੀ ਆ ਬਾਤ ਥੋੜਾ ਬਣਾ ਦੂੰ ਬੋਰ ਆ ਸਿੱਧੇ ਹੋ ਕੇ ਬੱਕਰੀ ਦਾ ਰੋਲਾ ਨਿਵੇੜ ਲਓ, ਜੇ ਦਹੀਂ ਨਿਵੇੜਦਾ ਤਾਂ ਫਿਰ ਮੈਨੂੰ ਸਿੱਧਾ ਦੱਸ ਦੋ। ਇੱਕ ਗੱਲ ਆ ਤੂੰ ਨਿਵੇੜ ਲਿਆ ਕਿਵੇਂ? ਬਸ ਨਿਵੇੜ ਲਿਆ, ਉਹ ਕਹਿੰਦੇ ਵੀ ਬੁੱਧਾ ਖਤਰਨਾਕ ਆ ਤੇ ਫਿਰ ਮੈਂ ਗਿਆ ਮੈਂ ਕਿਹਾ ਗੱਲ ਸੁਣੋ। ਤੇ ਮੈਨੂੰ ਉਹ ਜਿਹੜੇ ਬਾਬੇ ਜੀ ਸੀ ਉਹਨਾਂ ਨੇ ਗੱਲ ਦੱਸੀ ਸੀ, ਕਹਿੰਦੇ ਤੂੰ ਪੈਰਾਂ 'ਚ ਪਿੱਟ ਕੇ ਕਿਹਾ ਵੀ ਛੱਡ ਦੋ ਮੈਨੂੰ। ਉਹ ਚੱਲ ਪਰ ਪੈਰਾਂ 'ਚ ਪਿੱਟੂਗਾ
ਕਮਾਲ ਆ ਤੇਰੇ ਵਾਲੀ ਆ ਗਈ ਐ ਤੇ ਉਹ ਪਰਵਾ ਜੰਗਲਾ ਚ ਰਹਿ ਰਹਿ ਕੇ ਮਰ ਗਏ। ਅੱਛਾ ਮੈਂ ਤੇ ਮਾਲਕ ਨੂੰ ਉਹਨੂੰ ਪੈਸੇ ਵੀ ਨਹੀਂ ਦਿੱਤੇ ਸੀਗੇ, ਇੰਨੇ ਨਿਰਦਈ ਬੰਦੇ ਸੀਗੇ ਉਹ। ਹਾਂ ਉਹ ਤੂੰ ਆ ਨਹੀਂ ਪੁੱਛਿਆ ਯਾਰ ਕੀ ਵੀ ਆ ਕਿੱਥੋਂ ਲਿਆਂਦੀ ਆ, ਇਹ ਕਿੱਥੋਂ ਲਿਆਂਦੀ ਆ, ਇਹ ਉਸੇ ਦੀ ਆ ਹੀਰ ਦੀ। ਹਾਂ ਕਿਵੇਂ ਇਹ ਕਿਵੇਂ ਤੇਰੇ ਕੋਲ ਰਹਿ ਗਈ? ਉਹ ਯਾਰ ਇੱਕ ਦਿਨ ਮੈਨੂੰ ਕਹਿੰਦੀ ਰਾਜ ਮੈਂ ਹੋਟਲ ਦੇ ਵਿੱਚ ਕੁਝ ਖਾਣਾ ਚਾਹੁੰਦੀ ਆ। ਅੱਛਾ ਲਾਈਕ ਕਰਦੀ ਆ। ਅੱਛਾ ਮੈਂ ਚੱਲ ਕੋਈ ਨਹੀਂ ਤੈਨੂੰ ਲਾਈਕ ਕਰਾ ਦਿੰਦੇ ਆ। ਹਾਂ ਮੈਂ ਹੋਟਲ ਤੇ ਲੈ ਗਿਆ, ਮੈਂ ਕਿੰਨੇ ਸਮੋਸੇ ਖਾਈਏ ਇੱਕ ਇੱਕ ਕਰਾ ਲਈਏ, ਕਦੀ ਪੰਜ। ਆ ਉਹ ਮੈਂ ਕਹਾ ਮੇਰੇ ਤੋਂ ਨਹੀਂ ਇੰਨੇ ਖਾਂਦੇ ਜਾਂਦੇ, ਕਦੀ ਕਿੰਨੇ ਖਾਏ ਗਏ ਮੈਂ ਇੱਕ, ਕਦੀ ਚੱਲ ਚਾਰ ਤਾਂ ਫਿਰ ਮੈਂ ਖਾ ਲੂੰਗੀ ਔਖੀ ਸੌਖੀ ਲੈ ਔਖੀ ਸੌਖੀ ਕਮਾਲ ਆ ਯਾਰ। ਠੀਕ ਹੈ ਫਿਰ ਕੀ ਪੰਜ ਸਮੋਸੇ ਖਾ ਲਏ ਸਾਲੀ, ਮੈਂ ਇੱਕ ਸਮੋਸਾ ਖਾਦਾ ਚਾਰ ਚਾੜ ਗਈ ਬੇਟਰ ਬੇਟੀ, ਜਿਵੇਂ ਟੋਕੇ ਨੂੰ ਨੀ ਰੋਕ ਲੱਗਦਾ ਹੁੰਦਾ ਉਹ ਤਾਂ ਖਾ ਗਈ ਸਾਰੇ ਯਾਰ। ਅੱਛਾ ਮੈਂ ਕਿਹਾ ਯਾਰ ਕਮਾਲ ਦੀ ਬੜੀ ਇਹ ਰਹੇ, ਪਰ ਮੈਨੂੰ ਕਹਿੰਦੀ ਉਹਦੇ ਚੁੱਡੀ ਲਿਆਂਦੀ ਸੀ ਅਸੀਂ ਲਫਾਫੇ ਚ ਮੇਰੇ ਮੇਰੇ ਕੋਲੇ ਪਈ ਸੀ ਇਹ। ਅੱਛਾ ਉਹ ਕਹਿੰਦੀ ਮੇਰੇ ਭਰਾ ਨੇ ਅੰਦਰ ਵੜਦੇ ਵੇਖ ਲਿਆ ਰਾਜਾ, ਕਿਤੇ ਆਪਾਂ ਦੋਵੇਂ ਨਾ ਮੱਝ ਜਾਈਏ ਕੋਈ ਨਾ ਕੋਈ ਰਿਸ਼ਵਤ ਦੇ ਦੇਈਏ। ਉਹ ਮੈਂ ਕਿਹਾ ਇਹਨੂੰ ਰਿਸ਼ਵਤ ਕੀ ਦੇਏਗੀ, ਕਹਿੰਦੀ ਘਰੇ ਦੱਸ ਤੂੰ ਇਹਨੂੰ ਸਮੋਸੇ ਲੈ ਕੇ ਦੇ ਦਿੰਦੇ ਇੱਥੋਂ। ਮੈਂ ਕਿਹਾ ਕਿੰਨੇ ਦੇ, ਕਹਿੰਦੀ 100 ਦੇ ਕਰਾ ਦਾ। ਉਹ ਮੈਂ ਕਿਹਾ ਮੇਰੇ ਕੋਲੇ 50 ਰੁਪਏ ਸੀਗੇ, ਗਰੀਬ ਬੰਦਾ ਮੈਂ। ਹਾਂ ਇੱਥੇ ਨਹੀਂ ਫਿਰ ਤੂੰ ਹੋਣਾ ਹੱਲ, ਤੁਹਾਡੀਆਂ ਹੀ ਬੱਕਰੀਆਂ ਚਾਰ ਦਾ ਮੈਂ ਤਾਂ ਉਹ ਵੀ ਇੱਕ ਮਿੰਗਣਾ ਮੁੰਗਣਾ ਵੇਚ ਕੇ ਇਕੱਠੇ ਕੀਤੇ ਸੀ ਮੈਂ ਕਿਹਾ ਪਾਥੀ ਬਣਾ ਦਿੰਦਾ ਨਾ ਮਿੰਗਣਾ ਦੀ ਬਾਹ ਮਿੰਗਣਾ ਦੀ ਆ ਪਾਥੀਆਂ ਵੇਚੀਆਂ ਮੈਂ 50 ਰੁਪਏ ਪਾਥੀ ਇੱਕ। ਤਾਂ ਮੈਂ ਕਿਹਾ ਵੀ ਬਾਹਰ ਟਾਈਮ ਪਾਸ ਕੀਤਾ ਪਿਆ ਤੇ ਤੂੰ ਐ ਨਾ ਕਰ, ਕਹਿੰਦੀ ਨਹੀਂ ਇਹਨੇ ਭਰਾ ਨੂੰ ਮੇਰੇ ਦੇ ਕੇ ਆਉਣਾ ਪੈਣਾ ਕੁਛ, 10 ਸਮੋਸੇ ਖਿਲਾ ਕੇ ਤੇ ਮੈਨੂੰ ਕਹਿੰਦੀ ਬਾਹਰ ਹੀ ਖੜਾ ਮੈਂ ਫੜਾਇਆ ਵਾ ਕਦੋਂ ਫੜਾਇਆ, ਉਹ ਫੜਾਉਣ ਗਈ ਆ ਫੜੀ ਨਹੀਂ ਯਾਰ ਹਾਏ। ਫਿਰ ਮੈਨੂੰ ਇੱਕ ਦਿਨ ਫੋਨ ਕੀਤਾ ਕਹਿੰਦੀ ਚੁੰਨੀ ਤਾਂ ਦੇ ਦਿੰਦਾ ਮੇਰੇ ਬਾਗਾ ਤੂੰ ਢੂਈ ਮਾਰ ਚੁੰਨੀ ਦੀ ਇਹੜੇ ਤੈਨੂੰ ਪੈਂਦੀ ਭੈ ਜੋ 80 ਰੁਪਏ ਦੀ ਚੁੰਨੀ ਮੈਂ ਤੈਨੂੰ ਦਵਾ ਕਦੀ ਹੀ ਨੂੰ। ਉਸ ਤੋਂ ਬਾਅਦ ਰਾਜੇ ਦੀਆਂ ਸਾਰੀਆਂ ਭੈੜਾਂ ਹੀ ਆ, ਰਾਜੇ ਨੇ ਕਿਸੇ ਨੂੰ ਹੀਰ ਨਹੀਂ ਬਣਾਇਆ ਉਸ ਤੋਂ ਬਾਅਦ, ਤਾਂ ਹੀ ਬਾਅਦ ਚ ਇੰਨਾ ਦੁੱਖ ਖੜੇ ਗਏ ਯਾਰ ਮੈਨੂੰ ਰੋ ਲੈ ਤੇ ਯਾਰ ਸਭ ਭਰਾਵਾ ਰੋਲਾ ਰੋਲਾ ਮਰ ਗਿਆ ਕੋਈ ਤੇ ਗੱਲ ਚ ਚੁੰਨੀ ਆ ਪਾਈ ਜਿਵੇਂ ਜਗਰਾਤਾ ਲਾਉਣ ਚੱਲਿਆ। ਕਮਾਲ ਦਾ ਬੰਦਾ ਯਾਰ ਤੂੰ, ਆ ਸਾਜ ਚੱਕੀ ਫਿਰਦਾ ਵੈ ਤੇ ਤਾਂ ਹੀ ਲੱਗਦਾ ਨਾ ਗੱਲ ਚ ਚੁੰਨੀ ਆ ਪਾਈ ਆ। ਉਹ ਤੂੰ ਚੱਲ ਆਪਣੇ ਅੱਛਾ ਆਪਣਾ ਖਰਾਬ ਕਰਿਆ ਕਰ, ਤਾਂ ਹੀ ਬਾਅਦ ਚ ਦੁੱਖ ਹੈ ਛੱਡ ਗਈ ਫਿਰ ਤਾਂ ਯਾਰ। ਅੱਛਾ ਆ ਤੂੰ ਬੰਸਰੀ ਦੀ ਗੱਲ ਕੀਤੀ ਸੀ, ਹਾਂ ਕੀ ਕਹਿ ਰਿਹਾ ਸੀ? ਆਹੀ ਕਹਿ ਰਿਹਾ ਸੀ ਮੈਂ ਇਹ ਬੰਸਰੀ ਵੱਜਦੀ ਆ। ਹਾਂ ਵੱਜਦੀ ਆ, ਵਜਾ ਕੇ ਦਿਖਾ ਆ ਕੀ ਗਿਰੀ ਇਹ ਨਾ ਵੱਜੀ ਨਹੀਂ ਗਈ ਵੱਜ ਨਹੀਂ ਵੱਜਦੀ ਆ ਵੱਜਦੀ ਆ ਉਹਨੇ ਹੱਡ ਹੁੰਦਾ ਨਾ ਹੱਡ ਉੱਤੇ ਤਾਂ ਬੜੀ ਬੜੀ ਪਈ ਆ ਕਾਦਾ ਰਾਂਝਾ ਏ। ਹਾਂ ਚਲਾ ਕੇ ਦਿਖਾਵਾ ਤੇਰੇ ਕੋਲ, ਐ ਚਲਾ ਕੇ ਦਿਖਾਈ? ਹਾਂ ਚਲਾ ਕੇ ਕਹਿੰਦਾ ਤਾਂ ਵੱਜ ਗਈ ਤਾਂ ਫਿਰ ਉਹ ਵੀ ਹੁੰਦੀ ਆ, ਚਲਾ ਕੇ ਦਿਖਾ ਤੇ ਮੇਰੀ ਸੁਰ ਕਰ ਲਾ ਪਹਿਲਾਂ ਵੀ ਤੈਨੂੰ ਮੈਂ ਦੱਸਿਆ ਵੀ ਉਹਦੇ ਘਰੇ ਫੂਲ ਕਰਦੇ ਵੀ ਮੈਂ ਦੁਖੀ ਸੁਰ ਸੁਣਨ ਲੱਗਿਆ। ਹਾਂ ਮੇਰੇ ਕੋਲ ਸਾਰੇ ਦੁਖੀ ਸੁਰ ਹੀ ਆ, ਸੁਣਾ ਸੁਣਾ। ਰਹਿ ਤੇ ਯਾਰ ਬਣ ਜਾ ਗੱਲ, ਉਹ ਨਾ ਸੁਣਾ ਯਾਰ, ਸੁਣਾ ਯਾਰ, ਨਾ ਸੁਣੇ ਯਾਰ ਤੇਰਾ ਰੋਡ ਨਿਕਲੇਗਾ ਬਈ ਯਾਰ, ਸੁਣਾ ਦੇ ਬਈ ਯਾਰ, ਉਹ ਤੇਰਾ ਰੋਡ ਨਿਕਲੇਗਾ ਭਰਾਵਾ ਰੋਡ ਨਿਕਲੇਗਾ ਤੇਰਾ। ਨਹੀਂ ਕੋਈ ਚੱਕਰ, ਸੁਣਾ ਦੇ ਯਾਰ, ਸੁਣਾ ਦੇ ਬਈ, ਪਰ ਸਿਰੇ ਤੇ ਦੁਖੀ ਸੁਰ ਕੱਢ ਪੜਦਾ ਉਹਦੇ ਵਿੱਚੋਂ। ਕੋਈ ਨਹੀਂ, ਸੁਣਾ ਸੁਣਾ। ਅੱਛਾ ਗੱਲ ਸੁਣ, ਗੱਲ ਤਾਂ ਸੁਣ ਲਾ ਤੇ ਫਿਰ, ਇੰਨਾ ਦੁੱਖ ਜਿਹੜਾ ਤੇਰੇ ਫੇਸ ਤੇ ਦੀਂਦਾ ਪਿਆ ਇਕੱਲੀ ਹੀਰ ਕਰਕੇ ਜੇ ਕੋਈ ਹੋਰ ਚੱਕਰ ਆ? ਨਹੀਂ ਹੀਰ ਕਰਕੇ ਆ। ਅੱਛਾ ਹਾਂ, ਉਹਦੇ ਚ ਕਿਹੜੇ ਵੀ ਪਵਾਦੇ ਸੀ ਨਾ ਮੇਰੇ। ਕਿਵੇਂ? ਉਹਦੇ ਭਰਾਵਾਂ ਨੂੰ ਕਹਿੰਦਾ ਸੀ ਵੀ ਕਹਿੰਦੇ ਮੈਨੂੰ ਛੇੜਦਾ ਲੈ ਕਮਾਲ ਆ ਯਾਰ, ਛਿੜੀ ਛੜਾਈ ਨੂੰ ਬਹਿ ਕੇ ਛੇੜਾ ਯਾਰ, ਹਾਏ ਮਾੜੀ ਹੋਈ ਪਵਾਏ ਉਹਨੇ।
ਉਹ ਆਪਣਾ ਦੂਜਾ ਬੇਲੀ ਜਿਹੜਾ ਸੀਗਾ ਨਾ ਗਰਜਾ, ਉਹ ਬੰਦਾ ਕਲੱਬਰ ਸੀਗਾ। ਹਾਂ ਇੱਕ ਕਲੱਬਰ ਸੀ ਬੰਦਾ ਉਹ। ਅੱਛਾ। ਪਰ ਮੈਂ ਸਿੱਧਾ ਸਾਦਾ ਬੰਦਾ ਹੀ ਯਾਰ, ਉਹਦੇ ਕੋਲ ਤਾਂ ਤੀਰ ਤੂਰ ਕਿਰਪਾਨ ਸਾਰਾ ਕੁਛ ਸੀ, ਮੇਰੇ ਕੋਲ ਤਾਂ ਬੰਸਰੀ ਆ। ਦੱਸ ਕਿਹਦੇ ਪਾਲਾ, ਕਿਹਦੇ ਪਾਲਾ, ਦੱਸ ਮੈਂ ਕਿੱਧਰ ਦੀ ਪਾਲਾ। ਸਹੀ ਗੱਲ ਆ, ਟੁੱਟ ਜਾਏਗੀ ਵਿਚਾਰੀ ਇਹ। ਆਵੇ ਤੈਨੂੰ ਆਖਿਆ ਨਾ ਦੁਖੀ ਸੋਰੀ ਨਿਕਲਦਾ, ਜਿਹੜਾ ਨਿਕਲਦਾ ਇਹਦੇ ਚੋਂ ਮਸਾਂ ਜੁੜੀ ਆ ਤੈਨੂੰ ਹਨਾ ਬੰਸਰੀ, ਕਿਸੇ ਦੇ ਮਾਰ ਕੇ ਐਵੇਂ ਟੁੱਟ ਜੂਗੀ। ਇਹ ਤਾਂ ਯਾਰ ਮੇਰੇ ਉਸਤਾਦ ਦੀ ਬੰਸਰੀ ਆ ਇਹ। ਹਾਂ ਮਸਾਂ ਜੁੜੀ ਆ ਕਿ ਚੱਕ ਕੇ ਲੈ ਆ। ਮੈਨੂੰ ਕਹਿੰਦਾ ਵਜਾਉਣੀ ਸਿੱਖਣਾ, ਮੈਂ ਕਿਹਾ ਵਜਾਉਣੀ ਤਾੜੀ ਪੱਟੀ ਥੋੜੀ, ਆਪਾਂ ਬੰਸਰੀ ਲੈ ਜਾਣਾ ਚੱਕ ਕਰੇ ਆਪੇ ਸਿੱਖ ਲਾਂਗੇ ਯਾਰ। ਕਿਹੜਾ 300 ਰੁਪਏ ਦਵੇ ਯਾਰ ਹੁਣ ਮਹੀਨੇ ਦਾ। ਸਹੀ ਗੱਲ, ਤੁਹਾਨੂੰ ਠੰਡ ਨਹੀਂ ਲੱਗਦੀ ਪਈ? ਠੰਡ ਨਹੀਂ ਲੱਗਦੀ ਮੈਨੂੰ, ਨਹੀਂ ਲੱਗਦੀ। ਹਾਂ ਬਾਹਰ ਲੱਗਦੀ, ਅੰਦਰ ਨਹੀਂ ਲੱਗਦੀ। ਅੱਛਾ, ਮੈਂ ਤਾਂ ਅੱਗ ਤੇ ਬਹਿਣ ਚੱਲਿਆ ਸੀ। ਅੱਗ ਦੇ ਉੱਤੇ ਬਹਿ ਜਾਣਾ, ਸਵਾਦ ਆ ਜੂ ਤੈਨੂੰ। ਉਹ ਬੱਸ ਕਰ ਉਹ ਨਾ, ਉਹ ਬੱਸ, ਉਹ ਸਰ ਨਾ ਯਾਰ। ਵੇਖਾ ਕਿੱਡਾ ਦੁਖੀ ਸੁਰ, ਉਹ ਦੁਖੀ ਨਹੀਂ, ਬਹੁਤ ਗੰਦੀ ਵਜਾਈ ਹੈ ਨਾ, ਦੁਖੀ ਆ। ਉਹ ਭਰਾਵਾ ਸੁਰ ਬਹੁਤ ਦੁਖੀ ਸੀਗਾ ਜਿਹੜਾ ਮੈਂ ਛੇੜ ਬੈਠਾ ਸੀ। ਆ ਦੁਖੀ ਨਹੀਂ ਸੀ, ਆਪ ਨੂੰ ਰੋਕਿਆ, ਆ ਦੇ ਆਪ ਨੂੰ ਰੋਕ, ਸ਼ੁਕਰ ਆ ਰੋਕ ਲਿਆ, ਬੇਹੋਸ਼ ਹੋ ਜਾਣਾ ਸੀ ਬੰਦਾ। ਆਉਦੇ ਹੋਏ ਹੋਰ ਇੱਕ ਯਾਦ ਸੀ ਜੁੜੀ, ਬਾਲੜ ਦੀ ਪੱਟ ਚੁੱਕੀ ਲਿੱਕੀ ਜੀ ਕੁੜੀ, ਛੋਟੀ ਜਿਹੀ ਬਾਤ ਸੀ ਲਫਾਫਾ ਟੰਗਿਆ, ਪਤਾੜੀ ਕਰੀ ਬੜੀ ਲੈ ਕਿੱਥੋਂ ਮੰਗਿਆ। ਇਹ ਗਾਣਾ ਸੁਣਿਆ ਲੱਗਦਾ, ਉਹ ਸੁਣਿਆ ਹੋਣਾ। ਉਹ ਜਦੋਂ ਰੋਣ ਨੂੰ ਜੀ ਕਰਦਾ ਨਾ, ਇੰਨੇ ਨਾਲ ਹੀ ਮੈਂ ਤਾਂ ਰੋ ਪੈਂਦਾ ਭਰਾਵਾ। ਉਹਨੂੰ ਮੈਂ ਤਾਂ ਯਾਰ ਇੱਕ ਹੀ ਪੱਤ ਦਿੰਦਾ, ਕੁੜੀਆਂ ਨੂੰ ਸੋਝੋ ਪੈਣਾ, ਪਰ ਜਿਹੜਾ ਕੋਈ ਕੁਦਰਤੀ ਯਾਰ ਰਿਸ਼ਤਾ ਕਰਾ ਦੇ ਨਾ, ਘਰ ਦੇ ਕਰਾ ਹੀ ਦਿੰਦੇ ਆ, ਕੀ ਹੋ ਗਏ ਵੀ ਮੁੰਡਾ ਹੁਣ ਸਾਲਾ ਵੱਡਾ ਹੋ ਗਿਆ, ਇਹ ਸਹੀ ਗੱਲ, ਇਹਦਾ ਫਾਇਆ ਵੱਢ ਕੇ ਤੇ ਉਹਦਾ ਹੀ ਵਿਆਹ ਕਰਾਵੇ ਯਾਰ, ਕਿਸੇ ਦੀ ਧੀ ਭੈਣ ਨੂੰ ਨਾ ਛੇੜੇ ਯਾਰ। ਆ ਹੀਰਾ ਹੂਰਾ ਵਾਲੇ ਚੱਕਰਾਂ 'ਚ ਤਾਂ ਨਾ ਹੀ ਪਓ। ਅੱਛਾ। ਹਾਂ ਇੱਕ ਦਿਨ ਗੱਲ ਹੁੰਦੀ, ਅਗਲੇ ਦਿਨ ਫੋਨ ਆ ਜਾਂਦਾ, ਕਹੂਗੀ ਰਾਜ ਆ ਹਾਂ ਯਾਰ ਰੀਚਾਰਜ ਹੀ ਕਰਾ ਦੇ, ਲੈ ਕਰ ਲਓ ਗੱਲ। ਮਾੜੀ ਹੋ ਗਈ ਨਾ ਅੱਜ ਕੱਲ ਦੀ, ਹੀਰਾ ਦੇ ਮਗਰ ਨਾ ਲੱਗੋ ਭਰਾਵਾ, ਇਹ ਕੁੜ ਕਟਾ ਦਿੰਦੀਆਂ, ਛਿੱਤਰ ਪਵਾ ਦਿੰਦੀਆਂ, ਮੁੱਕਰ ਜਾਂਦੀਆਂ ਭਰਾਵਾ, ਇਹ ਐਨ ਮੌਕੇ ਤੇ ਆ ਕੇ ਜਵਾਬ ਦੇ ਜਾਂਦੀਆਂ। ਠੀਕ, ਕਹਿੰਦੀ ਮੈਂ ਤੁਹਾਨੂੰ ਜਾਣਦੀ ਨੀ। ਹਾਂਜੀ ਨਹੀਂ ਬਸ ਚੱਲੇ ਆ, ਚਾਹ ਨਹੀਂ ਪੀਂਦੇ। ਉਹ ਚਾਹ ਤਾਂ ਪੀਵਾਂਗੇ ਯਾਰ, ਐਡੀ ਛੇਤੀ ਵੀ ਨਹੀਂ ਚੱਲੇ। ਉਹ ਯਾਰ ਤੂੰ ਮੈਨੂੰ ਘਰੇ ਬੁਲਾ ਕੇ ਯਾਰ ਮੇਰੀ ਬੇਇੱਜ਼ਤੀ ਕਰਾਈ, ਇਹਦਾ ਕਮਾਲ ਦਾ ਬੰਦਾ ਹੀ ਯਾਰ ਤੂੰ। ਮੈਂ ਕਿਹਾ ਕਿ ਤੁਸੀਂ ਜਾਓਗੇ ਤੁਸੀਂ ਗੱਲ ਜੀ ਕਿ ਜੁੱਦੇ ਨਹੀਂ ਯਾਰ, ਤੁਹਾਡੇ ਅੰਦਰ ਜਾ ਕੇ ਹਜੇ ਮੈਂ ਨਾ ਕਰਾਂਗੇ, ਵੇਖਾਂਗੇ ਤੁਹਾਡਾ ਘਰ ਪਈ ਜਾਂਦਾ, ਬਹੁਤ ਛੋੜਾ ਲੱਗੀ ਜਾਂਦਾ ਯਾਰ ਮੈਨੂੰ ਤਾਂ। ਅੱਛਾ ਸਿੱਖਿਆ ਦਿੱਤੀ ਨਾ ਤੁਸੀਂ ਤਾਂ ਕਰਕੇ। ਸਿੱਖਿਆ ਦਿੱਤੀ ਆ, ਸਿੱਖਿਆ ਆਪਾਂ ਚੰਗੀ ਦਵਾਂਗੇ, ਮਾੜੀ ਸਿੱਖਿਆ ਨਹੀਂ ਕਿਸੇ ਨੂੰ ਦਿੰਦੇ। ਅੱਛਾ ਓਏ ਹੈਲੋ, ਨਹੀਂ ਨਹੀਂ ਨਾਲ ਕੁਛ ਨਹੀਂ। ਓ ਭਰਾਵਾ ਮੈਂ ਤੇਰੇ ਬੰਥਰੀ ਮਾਰਦੀ ਆ ਸਿਰ 'ਚ, ਤੂੰ ਕਿਉਂ ਵਿੱਚ ਟੰਗਣਾ ਹੀ ਇਹਦੇ, ਜਦੋਂ ਆਪੇ ਜਿਹੜਾ ਕੋਈ ਲੈ ਕੇ ਆਉਂਦੇ ਲੈ ਆਉਂਦੇ, ਉਹਨਾਂ ਨੂੰ ਆ ਨਹੀਂ ਚਾਹੀਦਾ ਉਹ ਨਹੀਂ ਚਾਹੀਦਾ। ਉਹ ਤਾਂ ਚਾਹ ਲਿਆਉਂਦੇ ਸੀ ਨਾਲ, ਮੈਂ ਕਿਹਾ ਗੁਲਾਬ ਜਾਮਣ ਥੋੜੀ ਖਾਣਗੇ, ਇਹ ਤਾਂ ਚੋਰੀ ਖਾਂਦੇ ਹੁੰਦੇ ਆ। ਤੇ ਜੇ ਗੁਲਾਬ ਜਾਮਣਾ ਵੀ ਖਾਣਾ ਗਿਆ ਮੇਰੇ ਘੜਾੜ ਦੀਆਂ ਗੁਲਾਬ ਜਾਮਣਾ, ਫੇਰ ਫੂ ਕੇ ਖਾ ਲੂੰਗਾ ਮੈਂ, ਕੋਈ ਨਹੀਂ ਦੰਦ ਹੈਗੇ ਮੇਰੇ ਕੋਲੇ। ਚੱਲ ਠੀਕ ਆ, ਸ਼ਰਬਤ ਰਹਿਣ ਦਿਓ। ਆ ਸ਼ਰਬਤ ਰਹਿੰਦੇ ਯਾਰ, ਸ਼ਰਬਤ ਕੌਣ ਪੀਂਦਾ ਹੁੰਦਾ ਠੰਡ ਦੇ ਵਿੱਚ। ਰਾਂਝਾ, ਓ ਰਾਂਝਾ ਯਾਰ, ਮੈਂ ਬੰਸਰੀ ਵਜਾ ਕੇ ਦੇਖ ਲਾ। ਉਹ ਵੇਖ ਲਾ ਵਜਾਈ ਵੀ ਨਾ ਯਾਰ। ਕਿਉਂ ਨਾ ਵਜਾਈ?
ਕੀ ਗੱਲ ਹੋ ਗਈ? ਉਹ ਯਾਰ ਤੈਨੂੰ ਕਹਿਤਾ ਯਾਰ ਯਾਰ ਨਹੀਂ ਵਜਾਉਣੀ। ਓਏ ਓਏ ਹੱਲੋ ਵੀਰੇ, ਉਰੇ ਫੜਾ ਉਰੇ ਫੜਾ। ਨਹੀਂ ਵਜਾਉਂਦਾ, ਚੰਗਾ ਵੇਖ ਤਾਂ ਲੈਂਦੇ। ਕਾਲੀਆਂ ਗੱਲਾਂ ਨਹੀਂ ਕਰੀਦੀ ਉਹਦੀਆਂ ਭਰਾਵਾ। ਉਰੇ ਨਹੀਂ ਨਹੀਂ, ਮੈਂ ਕਹਾਂ ਤੂੰ ਵਜਾ ਬੈਠੇਗਾ। ਨਹੀਂ ਵਜਾਉਂਦਾ ਫਿਰ, ਮੈਂ ਤਾਂ ਵੇਖਦਾ ਇਹ ਬੜੀ ਸੋਹਣੀ ਹੈਗੀ। ਸੋਹਣੀ ਤਾਂ ਹੈਗੀ ਉਰੇ ਫੜਾ ਦੇ। ਕਿਨੇ ਹੀਰ ਨੇ ਗਿਫਟ ਕੀਤੀ ਸੀ? ਓ ਜਾ ਯਾਰ, ਉਹਨੇ ਤਾਂ ਕੁਝ ਵੀ ਨਹੀਂ ਗਿਫਟ ਦਿੱਤਾ ਮੈਨੂੰ। ਅੱਛਾ, ਚੰਗਾ ਨਹੀਂ ਵਜਾਉਂਦਾ। ਉਰੇ ਫੜਾ ਦੇ। ਉਹਦਾ ਮੇਰੇ ਸਾਰੇ ਦੀ ਪੁਰਾਣੇ ਜਿਹੇ ਕੱਪੜੇ ਨੂੰ ਦੇ ਜਿਹੜੇ ਪੁਰਾਣੇ ਹੋਏ ਹੁੰਦੇ ਆ। ਹਾਂ, ਮੈਨੂੰ ਕਹਦੇ ਅਗਰ ਰਾਜਾ ਪਾਲਿਆ ਕਰੇਗਾ। ਅੱਛਾ, ਵੱਜਦੀ ਬੜੀ ਘੰਟਾ ਦੇ। ਪਿੱਛੇ ਝੋਟਾ ਤੁਹਾਡਾ ਖੜਾ। ਕਿਹੜਾ ਝੋਟਾ ਭਰਾਵਾ? ਆ ਵਿੱਚ ਬੁਲਟ ਕਹਿੰਦੇ ਇਹਨੂੰ। ਉਹ ਕਰੇ ਬਾਇਆ ਥੋੜੇ ਆਇਆ ਤੇ ਬੁਲਟ ਮੇਰਾ ਇੱਥੇ ਕੀ ਕਰਦਾ ਹੋਊਗਾ? ਚੱਲ ਮੇਰੀ ਹੀ ਆ ਚਾਬੀ ਤਾਂ ਲਿਆ ਦੇ ਫਿਰ ਇਹਦੀ। ਹੈ ਇਹਦੀ ਚਾਬੀ ਲਿਆ ਦੇ ਫਿਰ ਮੇਰੀ ਹੀ ਆ। ਚੱਲ ਵਿੱਚ ਲੱਗੀ ਹੋਈ। ਹਾਂ ਤੇਰਾ ਹੀ ਆ, ਤੂੰ ਹੀ ਲਿਆ ਆ। ਉਹ ਭਰਾਵਾ ਬਾਹਰਡਾ ਬਖਸ਼ ਬਾਲਾ, ਮੈਨੂੰ ਕਿਤੇ ਮੇਰਾ ਪਟਾਕਾ ਪੈ ਜੇ ਤੇ ਉਹ ਬਾਇਆ ਤੈਨੂੰ ਗੱਲ ਦੱਸਣ ਲੱਗਿਆ। ਉਹ ਚਾਹ ਆ ਗਈ। ਨਹੀਂ ਨਹੀਂ ਇਹ ਨਹੀਂ ਪੀਂਦੇ, ਮੇਰੀ ਹੀ ਆ। ਉਹ ਪੀਣ ਕੇ ਪਈ ਜੀ, ਸਾਡੇ ਕਿਹੜਾ ਮੂੰਹ ਤੇ ਛਿੱਕਲੀ ਚੜੀ ਆ, ਪੀ ਲਾਂਗੇ ਯਾਰ। ਨਹੀਂ ਨਹੀਂ ਇਹ ਨਹੀਂ ਪੀਂਦੇ, ਮਜ਼ਾਕ ਕਰਦੇ ਆ। ਪੀਵਾਂਗੇ ਜੀ ਪੀਵਾਂਗੇ। ਨਹੀਂ, ਇਹਨਾਂ ਨੇ ਜਵਾਬ ਦੇਤਾ ਸੀ। ਉਹ ਮੈਂ ਤੈਨੂੰ ਇੰਨਾ ਡਾਊਗਾ ਤੇ ਜਵਾਬ ਤੈਨੂੰ ਡਾਕਟਰ ਦੇਣਗੇ, ਵੇਖ ਲਾ। ਚੂਰੀ ਵੀ ਆ ਸ਼ੱਕਰ ਚ, ਲਿਆਓ ਲਿਆ ਲਿਆ। ਓਏ ਯਾਰ ਚੂਰੀ ਤਾਂ ਮੈਂ ਖਾਣਾ ਹੁੰਦਾ। ਤੂੰ ਡਾਲਡੇ ਚ ਖਾਈ ਨਾ ਦਾਲ ਨਾਲ। ਉਹ ਦਹੀਂ ਦੇ ਇਹੀ ਖਾਊਗਾ ਮੈਂ। ਵਧੀਆ ਜੀ, ਬੜੀ ਬੜੀ ਬੁੱਲਾਂ ਦਾ ਬੈਕਾ ਬੜੀ ਆਈ ਜਾਂਦੀਆਂ ਸੀ ਅੰਦਰੋਂ। ਅੱਛਾ, ਬਸ 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 ਨਿਕਲਿਆ ਨਾ ਰੋਡ ਨਿਕਲਿਆ ਹੁੰਦਾ ਯਾਰ। ਨਹੀਂ, ਉਹ ਦੁਖੀ ਸੁਰ ਛੇੜਦਾ ਮੈਂ, ਚੰਗਾ ਸੋਰੀ ਛੇੜਦਾ ਜਦੋਂ ਛੇੜਦਾ ਮੈਂ। ਨਹੀਂ ਯਾਰ, ਮੈਨੂੰ ਹਾਸਾ ਆਉਂਦਾ ਸੀ ਤਾਂ। ਹਾਸਾੜਾ ਤੈਨੂੰ ਆਉਂਦਾ? ਚੱਲ ਠੀਕ ਆ ਪਰ ਬੁੱਢਿਆ, ਬੜੀ ਖੁਸ਼ੀ ਹੋਈ ਯਾਰ, ਇੱਜ਼ਤ ਬਾਹਰ ਕੀਤਾ ਤੂੰ ਸਾਡਾ। ਚਲੋ ਮੈਂ ਐਂ ਕਰਦਾ, ਬਾਹਰ ਤੱਕ ਛੱਡਿਆ ਨਾ ਫਿਰ। ਬਾਹਰ ਤੱਕ ਅਸੀਂ ਆਪੇ ਜਾਵੜਾ ਗਏ ਅਸੀਂ। ਮੈਂ ਕਿਹੜਾ ਅੱਡਾ ਯਾਰ, ਮੈਨੂੰ ਦੀਦਾ ਨਹੀਂ ਜਿਹੜਾ ਮੈਂ ਕੰਧਾ ਕੋਲਾ ਚ ਵੱਜਦਾ ਫਿਰੂਗਾ। ਉਹ ਫਿਰ ਵੀ ਅਗਲਾ ਹੁੰਦਾ ਨਾ, ਇੱਕ ਗੈਸਟ ਆ ਜਾਂਦੇ ਆਗੇ, ਉਹਨਾਂ ਨੂੰ ਬਾਹਰ ਤੱਕ ਛੱਡ ਕੇ ਆਪੇ ਜਾਵੜੂਗਾ। ਭਰਾਵਾ ਮੈਂ ਆਪੇ ਜਾਵੜੂਗਾ, ਦਿਮਾਗ ਨਾ ਖਰਾਬ ਕਰ ਮੇਰਾ। ਚੱਲ ਚੰਗਾ, ਆ ਜਾਓ ਚੱਲੀਏ ਫਿਰ। ਉਹ ਆਪੇ ਜਾਵੜੂਗਾ ਭਰਾਵਾ ਮੈਂ। ਚੰਗਾ ਜਾਵੜੋ। ਚੱਲ ਦੇ ਇਜਾਜ਼ਤ ਭਰਾਵਾ। ਠੀਕ ਆ। ਨਹੀਂ ਮੈਂ ਅੰਦਰ ਆਉਣਾ, ਇਹ ਚਾਹ ਨਹੀਂ ਪੀਂਦੇ ਕਿ ਚੱਲ ਹੁਣ ਚੱਲਾਂ। ਉਹ ਨਹੀਂ ਪੀਂਦੇ, ਚੱਲ ਚਾਹ ਸੀ। ਹੋਰ ਚੱਲਦੇ ਆ, ਅਸੀਂ ਗਾਹ ਵੀ ਜਾਣਾ ਨਾ। ਉਹ ਦੂਰ ਜਾਣਾ ਯਾਰ ਮੈਂ। ਕਿੱਥੇ ਜਾਣਾ? ਆ ਪਰਲੀ ਗਲੀ 'ਚ ਜਾਣਾ ਮੈਂ। ਵਾਵਾ ਵਾਟ ਹੋ ਜਾਂਦੀ ਆ, ਹੌਲੀ ਹੌਲੀ ਤੁਰ ਕੇ ਜਾਣਾ ਪੈਂਦਾ ਨਾ, ਕਿਸੇ ਦੇ ਬਾਰ ਦੇ ਵਿੱਚ ਜਾ ਕੇ ਸੁਰ ਵਜਾ ਦਿੰਦਾ ਮੈਂ। ਮੈਂ ਗੱਡੀ 'ਤੇ ਛੱਡਿਆ ਵਾਂ, ਵਾਹ ਵਾਟ ਆ। ਉਹ ਜਾਵੜੂਗਾ ਮੈਂ ਭਰਾਵਾ ਆਪੇ। ਤੇਰੀ ਗੱਡੀ ਪਤਾ ਨਹੀਂ ਮੈਨੂੰ ਕਿੱਥੇ ਚੜ ਕੇ ਆਊਗੀ, ਕਿਤੇ ਗੱਡੀ 'ਤੇ ਚੜਾ ਦੇ ਮੈਨੂੰ। ਚਲੋ ਠੀਕ ਆ ਜੀ। ਠੀਕ ਆ ਵੀ, ਚੰਗਾ ਫਿਰ। ਰੋ ਕੇ ਨਾ ਜਾਓ ਜੀ। ਉਹ ਰੋ ਕੇ ਨਹੀਂ ਜਾਂਦਾ ਭਰਾਵਾ, ਮੇਰਾ ਮੂੰਹ ਹੀ ਇਹੋ ਜਿਹਾ। ਠੀਕ ਹੈ, ਚਲੋ ਠੀਕ ਹੈ। ਯਾਰੀ ਦੁਖੀ ਹੋ ਜਾਂਦਾ ਜਦੋਂ ਸੁਰ ਛਿੜ ਜਾਂਦਾ ਭੁਲੇਖੇ ਨਾਲ, ਉਦੋਂ ਰੋ ਪੈਂਦਾ ਹੁੰਦਾ ਮੈਂ। ਠੀਕ, ਹੁਣ ਜਾਓਗੇ? ਉਹ 10-15 ਰੁਪਏ ਤਾਂ ਦੇ ਦੇ, ਪੈਸਾ ਮਾਰਾ ਖੜਾ ਸੀ ਤੇ ਉਹ ਤਾਂ ਯਾਰ ਮਾਰਥਲ ਬਾਤ ਤਾਂ ਕਰਨਾ ਹੁੰਦਾ ਕਲਾਕਾਰ ਦਾ ਜਦੋਂ ਕਰਦਾ। ਏਦਾਂ ਹੀ ਆ, ਮੇਰੇ ਕੋਲ ਹੈ ਨਹੀਂ ਕਿ ਯਾਰ ਤੇ ਪਰ ਐਵੇਂ ਭਾਈ ਦੀ ਆ ਕੇ ਮੈਨੂੰ ਭਾਈ ਬੈਠਾ ਘੰਟਾ ਹੋ ਗਿਆ। ਤੂੰ ਆ ਵਜਾ ਕੇ ਦਿਖਾ ਮੈਨੂੰ, ਸੁਰ ਵਜਾ ਕੇ ਦਿਖਾ, ਸਾਰੀ ਮੇਰੀ ਹਿਸਟਰੀ ਪੁੱਛ ਲਈ ਤੂੰ, ਦਿੱਤਾ ਮੈਨੂੰ ਕੱਖ ਵੀ ਨਹੀਂਗਾ। ਚੰਗਾ ਜਾਵੜਾ, ਹੁਣ 10-5 ਰੁਪਏ ਦੇ, ਮੈਂ ਨਹੀਂ ਹਿੱਲਣਾ। ਲਿਆ ਟਾਈਮ ਨਾ ਲਾ, ਜਾ ਉਹਦੀ ਮਾਂ ਕੋਲੇ ਜਾ, ਉਹਨੂੰ ਕਹਿ ਬਾ 10 ਰੁਪਏ ਦੇ। ਨਹੀਂ 10 ਰੁਪਏ ਤਾਂ ਹੁਣ ਹੈ ਨਹੀਂਗੇ। ਹਾਂ, ਆਟਾ ਪਾ ਦਾਂ।
ਆਟਾ ਪਾ ਦੇ, ਆਟਾ ਪੈ ਦੇ ਯਾਰ ਬਗਤਾ ਬੈ ਬੈ ਇੱਕ ਆਰਟਿਸਟ ਬਤਾ ਹੈ ਆਸਟੈਸਟ ਬਤਾ ਆਰਟਿਸਟ ਆ ਉਹ ਚੀਜ਼ ਆ ਬੈ ਆਟਾ ਉਟਾ ਲੈ ਡੀ ਆਇਆ ਬੈ ਤੇਰੇ ਬੱਥਰੀ ਮਾਰ ਕੇ ਮੂੰਹ ਵਿਕਾ ਕਰ ਦੂੰ ਤੇਰਾ ਬੈ ਤੇਲ ਪਵਾ ਲਓ ਉਹ ਤੇਲ ਮੈਂ ਡੋਲੂ ਚ ਪੋਲਾ ਦਿਮਾਗ ਖਰਾਬ ਹੋਇਆ ਬੈ ਤੇਰਾ ਯਾਰ ਚਲੋ ਠੀਕ ਆ ਹੈ ਨਹੀਂ ਗਈ ਸੱਚੀ ਹੈ ਨਹੀਂ ਚੰਗਾ ਬੇਵਕੂਫ ਜਿਹਾ ਦਾ ਬੇਤਾ ਠੀਕ ਹੈ ਹੁਣ ਮੇਰੇ ਮਗਰ ਕੀ ਵਹੀਕਲ ਲੈਣ ਆਉਂਦਾ ਉੜ ਜਾ ਇੱਥੋਂ ਮੇਰਾ ਤਾਂ ਘਰ ਆ ਮੈਂ ਤਾਂ ਹੁਣ ਗੇਟ ਤਾਂ ਲਾ ਕੇ ਹੀ ਆਉਣਾ ਗੇਟ ਗੇਟ ਅਸੀਂ ਆਪੇ ਲਾਵਾਂਗੇ ਗੇਟ ਵੱਲ ਦੀ ਜਾਊਂਗੀ ਗੇਟ ਤਾਂ ਮੈਂ ਲਾਊਂਗਾ ਜੀ ਆਇਓ ਤੇਰਾ ਕਿ ਪਤਾ ਕੀ ਚੱਕ ਕੇ ਲੈ ਜਾ ਉਹ ਹੀਰ ਆਖਦੀ ਰਾਜਾ ਆਖਦਾ ਜੋਗੀਆ ਝੂਠ ਬਾਰੇ ਕੌਣ ਰੁੱਠੜੇ ਯਾਰ ਬੁਲਾਵਦਾ ਯਾਰ ਆ ਉਹ ਗੱਲ ਸੁਣ ਹਾਂ ਹਾਂ ਇੱਧਰ ਤਗੜੇ ਕਰ ਹੀ ਆ ਸਾਰੇ ਸਾਰੇ ਤਗੜੀ ਆ 10-15 ਰੁਪਏ ਦੇ ਦਿੰਦੇ ਆ ਨਹੀਂ ਨਹੀਂ ਹਾਂ ਦੇ ਦਿੰਦੇ ਆਗੇ 100-150 ਉਹ ਭਰਾਵਾ ਬੈਣਾ ਮਗਰ ਕਿਸੇ ਦੇ ਘਰੇ ਗਿਆ ਸੀਗਾ ਅੱਛਾ ਉੱਥੇ ਮੈਂ ਬੰਸਰੀ ਵਜਾਈ ਪਾਈ ਦੇ ਯਾਰ ਉਹਦਾ ਕੁੱਤਾ ਪੈ ਗਿਆ ਮੈਨੂੰ ਯਾਰ ਨਹੀਂ ਨਹੀਂ ਇੱਧਰ ਕਿਸੇ ਦੇ ਨਹੀਂ ਹੈਗਾ ਇਹਨਾਂ ਦੀ ਸੀਗਾ ਕੁੱਤਾ ਹੈ ਨਹੀਂ ਕਿਸੇ ਦੇ ਨਹੀਂ ਨਹੀਂ ਕਈ ਤਾਂ ਬੰਦੇ ਵੀ ਕੁੱਤੇ ਅਰਗੇ ਹੁੰਦੇ ਨਾ ਬੰਦੇ ਵੀ ਪੈ ਜਾਂਦੇ ਆ ਹੁਣ ਜਾਏਗਾ ਆ ਜਾਣਾ ਪੈ ਚੰਗਾ ਫਿਰ ਕੁਛ ਚੱਕਿਆ ਤਾਂ ਨਹੀਂ ਕੁਛ ਬੇਇੱਜ਼ਤੀ ਚੱਕ ਕੇ ਲੈ ਕੇ ਗਿਆ ਤੁਹਾਡੇ ਘਰੋਂ ਮੈਂ ਕੁਛ ਨਹੀਂ ਲੈ ਕੇ ਜਾਂਦਾ ਖਾਲੀ ਹੱਥ ਆ ਭਰਾਵਾ ਤਲਾਸ਼ੀ ਲੈਣਾ ਮੇਰੀ ਲੜੀ ਆ ਤਾਂ ਮੈਂ ਬੂਟ ਕੱਢ ਦੂੰ ਬਾਰ ਬਾਰ ਤੇਰਾ ਮੇਰਾ ਇਲਜ਼ਾਮ ਲਾਈ ਜਾਂਦਾ ਤੂੰ ਸੱਭਿਆਚਾਰਕ ਬੰਦਾ ਵੇ ਚੰਗਾ ਠੀਕ ਸੱਭਿਆਚਾਰ ਚੱਕੀ ਫਿਰਦਾ ਮੈਂ ਨਾਲ ਬੰਸਰੀ ਚੰਗਾ ਜਾ ਆ ਜਾਵੜਾ ਬੇਟੀ ਵੀ ਕਾਲੀ ਕਾਲੀ ਆ ਜਾਂਦਾ ਨਹੀਂ ਗਾ ਦਿਮਾਗ ਖਰਾਬ ਕਰੀ ਜਾਂਦਾ ਤੂੰ ਚੰਗਾ ਜਾ ਯਾਰ ਉਹ ਭਰਾਵਾ ਜਾਵੜਦਾ ਮੈਂ ਉਹ ਯਾਰ ਤੈਨੂੰ ਕੁੱਤੇ ਖੜੇ ਅੰਦਰ ਸਿਆੜ ਅੱਛਾ ਕੁੱਤੇ ਤਾਂ ਡਰੀ ਜਾਂਦਾ ਯਾਰ ਉਹ ਪੈ ਜਾਂਦੇ ਆ ਪੈਂਦੇ ਯਾਰ ਇੱਕ ਤਾਂ ਵਾਲਾ ਕਰਕੇ ਪੈ ਜਾਂਦੇ ਆ ਕਿਹੜੇ ਐ ਕਰ 100 ਰੁਪਏ ਦੇ ਦੇ ਵਾਲ ਕਟਾ ਲਈ 10 ਰੁਪਏ ਦਾ ਘਰੇ ਹੈ ਨਹੀਂ ਸੀ ਮੇਰੇ ਕੰਜਰ ਦੇ ਤੂੰ ਵੀ ਮੇਰੇ ਨਾਲ ਹੀ ਚੱਲ ਤੂੰ ਕੁਲ ਪੈਸੇ ਇਕੱਠੇ ਕਰਿਆ ਕਰ ਮੈਂ ਬੰਸਰੀ ਵਜਾਇਆ ਕਰੂੰਗਾ ਨਹੀਂ ਬੰਸਰੀ ਮੈਂ ਵਜਾ ਲਿਆ ਕਰ ਥੋਕੜੀ ਭਰਾਉਣਾ ਮੈਂ ਬੰਸਰੀ ਜਾਵਦੀ ਚ ਮੈਂ ਆਪਦੀ ਅੱਡ ਲਿਆਉਂ ਅੱਡ ਆਪਦੀ ਲਿਆਈ ਕੋਈ ਨਹੀਂ ਤੇ ਜੇ ਮੇਰਾ ਕੰਮ ਤੇਰੇ ਨਾਲ ਜ਼ਿਆਦਾ ਚੱਲ ਗਿਆ ਉਹ ਨਹੀਂ ਚੱਲਦਾ ਤੂੰ ਮੇਰੀ ਸੁਣ ਗੱਲ ਆ ਤੂੰ ਬੰਸਰੀ ਕਾਹਦੇ ਉੱਤੇ ਵਜਾਉਣੀ ਆ ਉਹ ਤੇਰੀ ਸੁਣ ਗਏ ਕਿ ਮੇਰੀ ਸੁਣ ਗਏ ਤੂੰ ਪੈਸੇ ਇਕੱਠੇ ਕਰਿਆ ਕਰੀ ਚੱਲ ਠੀਕ ਜਾ ਜਾ ਵੜਾਈ ਯਾਰ ਆਰਾ ਨਾਲ ਹੀ ਚੱਲ ਨਹੀਂ ਨਹੀਂ ਆ ਤਾਂ ਵੇਦਾ 10 ਰੁਪਏ ਨਹੀਂ ਕੱਢੇ ਗਏ ਜੇ ਵਿੱਚ ਆਲੇ ਦੇ ਅੱਧੇ ਘਾਟਾ ਮੇਰੀ ਬੱਥਰੀ ਸੁਣੀ ਆ ਦੇਖ ਨੋਟਾਂ ਦੀ ਗੱਟੀ ਉਹ ਇੱਕ ਕੱਢ ਕੇ ਦੇ ਦੇ ਵਿੱਚੋਂ ਕਿਉਂ ਦੇ ਦੇ 500 ਦਾ ਨੋਟ ਆ ਜਾਂਦਾ ਰੇ ਤੇ ਕਦਰਾ ਮੈਂ ਨਿੱਕਾ ਮੋਟਾ ਕਲਾਕਾਰ ਆ ਕੋਈ ਕਲਾਕਾਰ ਨੂੰ ਤੈਨੂੰ ਪੁੱਛਦਾ ਕਿਹੜਾ ਘਰਾ ਚ ਮਗਦਾ ਮਰਦਾ ਦੋ ਪਾਥੀਆਂ ਲਿਆ ਦੇ ਆ ਗੂਗਲ ਸੇਕ ਲਾ ਕੇ ਬਹਿ ਕੇ ਕਿਤੇ ਨਾ ਕਿਤੇ ਕਿਉਂਕਿ ਜੰਗਲਾਂ 'ਚ ਰਾਤਾਂ ਕੱਟਣੀਆਂ ਪੈਂਦੀਆਂ ਮੈਨੂੰ ਉਧਰ ਲੱਭਲਾ ਪਈਆਂ ਹੋਣਗੀਆਂ ਲੱਭਲਾ ਭਾਵੇਂ ਤੁਹਾਡੇ ਘਰੋਂ ਪਾਥੀਆਂ ਵੀ ਲੱਭਣੀਆਂ ਪੈਂਦੀਆਂ ਕਮਾਲ ਆ ਯਾਰ ਲੱਭਣੀਆਂ ਪੈਣਗੀਆਂ ਮੈਨੂੰ ਨਹੀਂ ਪਤਾ ਕੀ ਕਿੱਥੇ ਪਿਆ ਕੀ ਕਿੱਥੇ ਪਿਆ ਤੇਰਾ ਮੂੰਹ ਦਾ ਪਤਾ ਤੈਨੂੰ ਕਿੱਥੇ ਪਿਆ ਕੱਲਾ ਚੰਗਾ ਜਾਣਾ ਕਿ ਨਹੀਂ ਹੁਣ ਬਸ ਜਾਂਦੇ ਆ ਫਿਰ ਕਿਸੇ ਦਿਨ ਆਵਾਂਗੇ ਠੀਕ ਆ ਠੀਕ ਆ ਠੀਕ ਆ ਖਿਆਲ ਰੱਖੀ ਆਪਦਾ ਚੰਗਾ ਭੈਣਦੇ ਯਾਰ ਇੱਥੇ ਹੀ ਕੜੇ ਆ ਭਰਾਵਾ ਕੁੱਤੇ ਨਹੀਂ ਯਾਰ ਬੜਾ ਕਿਰਾਏ ਵਰ ਕੇ ਭਜਾ ਦੇ ਯਾਰ ਮੈਨੂੰ ਤਾਂ ਪੈ ਹੀ ਜੜ ਗਏ ਪਿੱਛੇ ਉਬਰ ਮੈਂ ਮਰਾਂ ਚੱਲ ਚੱਲ ਆ ਚੱਲ ਭੱਜ ਗਏ ਜਾ ਕੀ ਗੱਲ ਆ ਉਹ ਪੱਕੀ ਗੱਲ ਆਈ ਯਾਰ ਚੱਲ ਠੀਕ ਆ ਭਗਤਾ ਚੱਲਦੇ ਆ ਠੀਕ ਓਏ ਤੇ ਯਾਰ ਰੱਖ ਕਰੀ ਇਹਦਾ ਤੂੰ ਜੋਗੀ ਨਾਲ ਉਹ ਰਾਜਾ ਜੋਗੀ ਹੋ ਗਿਆ ਉਹ ਕੰਡੀ ਬੁੱਧਰਾ ਭਈਆ ਤੂੰ ਕਹਿੰਦਾ ਕੰਡੀ ਬੁੱਧ ਉਹ ਦਿਮਾਗ ਖਰਾਬ ਕਰੀ ਜਾਂਦਾ ਤੂੰ ਚੰਗਾ ਜਾ ਯਾਰ
ਉਹ ਭਰਾਵਾ ਜਾ ਵੜਦਾ ਬੈ ਉਹ ਯਾਰ ਤੈਨੂੰ ਕੁੱਤੇ ਖੜੇ ਅੰਦਰ ਸਿਆੜ ਅੱਛਾ ਕੁੱਤੇ ਤਾਂ ਡਰੀ ਜਾਂਦਾ ਯਾਰ ਉਹ ਪੈ ਜਾਂਦੇ ਯਾਰ ਇੱਕ ਤਾਂ ਵਾਲਾ ਕਰਕੇ ਪੈ ਜਾਂਦੇ ਕਹਿੰਦੇ ਐ ਕਰ 100 ਰੁਪਏ ਦੇ ਦੇ ਵਾਲ ਕਟਾ ਲਈਏ 10 ਰੁਪਏ ਤਾਂ ਘਰੇ ਹੈ ਨਹੀਂ ਸੀ ਮੇਰੇ ਕੰਜਰ ਦੇ ਤੂੰ ਵੀ ਮੇਰੇ ਨਾਲ ਹੀ ਚੱਲ ਤੂੰ ਪੈਸੇ ਇਕੱਠੇ ਕਰਿਆ ਕਰ ਮੈਂ ਬੰਸਰੀ ਵਜਾਇਆ ਕਰੂੰਗਾ ਨਹੀਂ ਬੰਸਰੀ ਮੈਂ ਵਜਾ ਲਿਆ ਕਰ ਥੋਕੜੀ ਭਰਾਉਣਾ ਮੈਂ ਬੰਸਰੀ ਚੱਲਦੀ ਚ ਮੈਂ ਆਪਦੀ ਅੱਡ ਲਿਆਉਂ ਅੱਡ ਆਪਦੀ ਲਿਆਈ ਕੋਈ ਨਹੀਂ ਤੇ ਜੇ ਮੇਰਾ ਕੰਮ ਤੇਰੇ ਨਾਲ ਜ਼ਿਆਦਾ ਚੱਲ ਗਿਆ ਉਹ ਨਹੀਂ ਚੱਲਦਾ ਤੂੰ ਮੇਰੀ ਸੁਣ ਗੱਲ ਆ ਤੂੰ ਬੰਸਰੀ ਕਾਹਦੇ ਉੱਤੇ ਵਜਾਉਣੀ ਆ ਉਹ ਤੇਰੀ ਸੁਣ ਗਏ ਕਿ ਮੇਰੀ ਸੁਣ ਗਏ ਤੂੰ ਪੈਸੇ ਇਕੱਠੇ ਕਰਿਆ ਕਰੀ ਚੱਲ ਠੀਕ ਜਾ ਜਾ ਵੜਾਈ ਯਾਰ ਆਜਾ ਨਾਲ ਹੀ ਚੱਲ ਨਹੀਂ ਨਹੀਂ ਆਹ ਤਾਂ ਵੇਦਾ 10 ਰੁਪਏ ਨਹੀਂ ਕੱਢੇ ਗਏ ਜੇਬ ਚੋਂ ਅਰੇ ਦੇ ਅੱਧੇ ਘਟਾ ਮੇਰੀ ਬੱਥਰੀ ਸੁਣੀ ਆਹ ਦੇਖ ਨੋਟਾਂ ਦੀ ਗੱਟੀ ਉਹ ਇੱਕ ਕੱਢ ਕੇ ਦੇ ਦੇ ਵਿੱਚੋਂ ਕਿਉਂ ਦੇ ਦੇ 500 ਦਾ ਨੋਟ ਆ ਜਾਂਦਾ ਰੇ ਤੇ ਕਦਰਾ ਮੈਂ ਨਿੱਕਾ ਮੋਟਾ ਕਲਾਕਾਰ ਆ ਕੋਈ ਕਲਾਕਾਰ ਨੂੰ ਤੇ ਪੁੱਛਦਾ ਕਿਹੜਾ ਘਰਾਂ ਚ ਮੰਗਦਾ ਮਰਦਾ ਦੋ ਪਾਥੀਏ ਲਿਆ ਦੇ ਆ ਗੁੱਗ ਸੇਕ ਲਾ ਕੇ ਬਹਿ ਕੇ ਕਿਤੇ ਨਾ ਕਿਤੇ ਕਿਉਂਕਿ ਜੰਗਲਾਂ 'ਚ ਰਾਤਾਂ ਕੱਟਣੀਆਂ ਪੈਂਦੀਆਂ ਮੈਨੂੰ ਉੱਧਰ ਲੱਭਲਾ ਪਈਆਂ ਹੋਣਗੀਆਂ ਲੱਭਲਾ ਭਾਈ ਤੁਹਾਡੇ ਘਰੋਂ ਪਾਥੀਆਂ ਵੀ ਲੱਭਣੀਆਂ ਪੈਂਦੀਆਂ ਕਮਾਲ ਆ ਯਾਰ ਲੱਭਣੀਆਂ ਪੈਣਗੀਆਂ ਮੈਨੂੰ ਨਹੀਂ ਪਤਾ ਕੀ ਕਿੱਥੇ ਪਿਆ ਕੀ ਕਿੱਥੇ ਪਿਆ ਤੇਰਾ ਮੂੰਹ ਦਾ ਪਤਾ ਤੈਨੂੰ ਕਿੱਥੇ ਪਿਆ ਕੱਲਾ ਚੰਗਾ ਜਾਣਾ ਕਿ ਨਹੀਂ ਹੁਣ ਬਸ ਜਾਂਦੇ ਆ ਫਿਰ ਕਿਸੇ ਦਿਨ ਆਵਾਂਗੇ ਠੀਕ ਆ ਠੀਕ ਆ ਠੀਕ ਆ ਖਿਆਲ ਰੱਖੀ ਆਪਦਾ ਚੰਗਾ ਆਪਾਂ ਇਹਦੇ ਯਾਰ ਇੱਥੇ ਹੀ ਕੜੇ ਆ ਭਰਾਵਾ ਕੁੱਤੇ ਨਹੀਂ ਯਾਰ ਬੜਾ ਜ਼ਰਾ ਮਾਰ ਕੇ ਭਜਾ ਦੇ ਯਾਰ ਮੈਨੂੰ ਤਾਂ ਪਈ ਜੜ ਕੇ ਪਿੱਛੇ ਉੱਪਰ ਮੈਂ ਮਾਰਾਂ ਚੱਲ 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 ਭੱਜ ਗਏ ਜਾ ਕੀ ਗੱਲ ਆ ਪੱਕੀ ਗੱਲ ਆਈ ਯਾਰ ਚੱਲ ਠੀਕ ਆ ਭਗਤਾ ਚੱਲਦੇ ਆ ਠੀਕ ਓਏ ਤੇ ਯਾਰ ਮਜ਼ਾਕ ਕਰੀ ਜਾਂਦਾ ਤੂੰ ਜੋਗੀ ਨਾਲ ਓ ਰਾਜਾ ਜੋਗੀ ਹੋ ਗਿਆ ਓ ਕੰਨੀ ਬੁੱਧਰਾ ਭਾਈਆ ਤੂੰ ਕਹਿੰਦਾ ਕੰਨੀ